बड़ा दर्शकों के वार वार मैसेज आ रहे भी क्यों नहीं खेडे कारण की आ भाजी। सब तो पहले मैं दसना चाहना जो टीमां बन लगियां मैं तीन चार दिन तो पहलो कह रहा है भाजी अहीं दोनों ब्रदर हां जिदा इंद्रजीत फरियाद हुणी वी कट्ठे खेडदे आ जिहड़े प्लेयर कट्ठे खेडदे आ तुसीं उह इक टीम च कर दिओ सानूं दोनों भरावां नूं इक टीम च कर चाहे दो जाफी सानूं जिहड़े मर्जी दे दिओ चाहे तुसीं सानूं यूरोप दी टीम च खड़ा दिओ चाहे इंडिया च खड़ा दिओ। ते मैनूं भाजी हुणां कहा गया ठीक आ तुसीं कट्ठे ही आ। फिर जिदन टीमां बन लगियां उदन मैं ढेसी भाजी नूं फोन कीता मैं कहा भाजी किद्दां बिट्टे भाजी नाल मेरी गल होई कहिंदा जद्दे तूं ते जोधा अपना जग्गा माणू के वाला रवि साहू के वाला कलवीर जटाणा एक अमन दियोरा कहिंदा आ तुसीं जाफी आ आप एक जाफी विचों छड देना वा मतलब उन्हां चों तुसीं दोनों एक जिहे। मैं कहा चलो ठीक है भाजी सारी गलबात हुंदी रही कोई गलबात नहीं। फिर मैं कहा कोई नहीं तुसीं जिहड़े रेडर कहिंदे कर लो कहिंदे इंडिया टीम च आ कमल आ ते बागी आ इक मान सिंह आ मे वी। मैं कहा ठीक आ। उह जदों मुड़ के शामां नूं टीमां बणियां फिर उत्थे कहिंदे उह वखरा खेडू वखरा। मैं कहा अहीं बचपन तों इकट्ठे खेडदे रहे आं अज तक अहीं मतलब हुण जोते नाल पहलों साडे नाल देखो उह विचारा दे सट ला गई पहलों इंग्लैंड दा सीजन छड्ड गया इहनां करके इत्थे आण के अहीं गल्लां सुणदे रहे आं चलो साडे इंजरी लगी सानूं ना सद दे फिर इत्थे आण के खेडे जिद्दे के जोगे सी हैगे सी। फिर भी इहो ही रिक्वेस्ट कीती इहनां नूं सारे अपना फडेशनां नूं कि भाजी सानूं इकट्ठे खड़ा दिओ सानूं कोई प्रॉब्लम नहीं। पर मैं इक गल आजादे तुसीं चाहुंदे इकट्ठे खेडणा पर दर्शकां दे विच अहीं कई वारी जाणे दर्शक कहिंदे वी एडी कोई वड्डी गल नहीं जे अलग भी खेड लैण क्योंकि प्रदर्शन आ जाफी ने तो जाफी ना भिड़ना ही नहीं गा रेडर तो चलो मन्या जे जोता थोड़े ते रेडा पावे पर की कारण आ वी क्यों एडी कोई मेरे ख्याल नाल वड्डी गल नहीं सीगी जिन्नी मिला दा बन गई। ਭਾਜੀ ਗੱਲ ਵੱਡੀ ਨਹੀਂ ਜੇ ਸਾਡੇ ਨਾਲ ਉੱਥੇ ਕਈ ਮਿਸਅੰਡਰਸਟੈਂਡਿੰਗਾਂ ਹੋਈਆਂ ਜੇ ਸਾਨੂੰ ਸਹੀ ਤਰੀਕੇ ਨਾਲ ਸਾਨੂੰ ਸਮਝਾਇਆ ਜਾਂਦਾ ਜਦੋਂ ਸਾਡੇ ਨਾਲ ਮੈਂ ਪਾਲਿਸੀਆਂ ਕਰੀ ਜਾਣੀਆਂ ਕਹਿ ਕੇ ਜਦੋਂ ਆਪਣਾ ਹੈਗੇ ਜਵਾਨ ਵਾਲੇ ਬੰਦੇ ਜਦੋਂ ਆਪਾਂ ਨੂੰ ਕਹਿ ਕੇ ਪਹਿਲਾਂ ਟੀਮ ਬਣ ਗਈ ਸਾਰਾ ਕੁਝ ਕਰਕੇ ਮੁੜ ਕੇ ਫਿਰ ਵੱਖਰੇ ਵੱਖਰੇ ਆਪਾਂ ਨਹੀਂ ਖੇਡ ਸਕਦੇ ਅਸੀਂ ਅੱਜ ਤੱਕ ਭਰਾ ਦੋਨੇ ਨਾ ਕਦੀ ਵੱਖਰੇ ਖੇਡੇ ਨਾ ਖੇਡੇ। ਮੈਂ ਇਹੋ ਗੱਲ ਕਹੀ ਆ ਵੀ ਜੇ ਅੱਜ ਖੇਡਗੇ ਕੱਲ ਨੂੰ ਸਾਨੂੰ ਹੋਰਾਂ ਟੀਮਾਂ ਵਾਲੇ ਕਹਿਣਗੇ ਯਾਰ ਉਹਨੂੰ ਉੱਧਰ ਖੜਾ ਦੋ ਉਹਨੂੰ ਉੱਧਰੋਂ ਅਸੀਂ ਜੋ ਆਪਣਾ ਸੀਗਾ ਜੋ ਸਾਡੇ ਦਿਲ ਨੂੰ ਸਹੀ ਲੱਗਾ ਸਾਡੇ ਪਰਿਵਾਰ ਨੂੰ ਜੋ ਸਹੀ ਲੱਗਦਾ ਅਸੀਂ ਉਹ ਕੀਤਾ। ਤੁਸੀਂ ਇਹ ਕਿਹਾ ਵੀ ਜਦੋਂ ਤੁਹਾਨੂੰ ਜੋ ਪ੍ਰੋਮਿਸ ਹੋਇਆ ਬਾਅਦ ਚ ਚੇਂਜ ਹੋ ਗਿਆ ਪਰ ਤੁਹਾਨੂੰ ਵਧੀਆ ਨਹੀਂ ਲੱਗੀ ਉਹ ਚੀਜ਼ ਮੇਬੀ ਜੇ ਪਹਿਲਾਂ ਹੀ ਕੁਝ ਟਰਾਈ ਕਰਦੇ ਮੇਬੀ ਕੁਝ ਵਰਕ ਹੋ ਸਕਦਾ। ਮੈਂ ਗਿਆ ਦੂਜੇ ਦਿਨ ਮੈਂ ਗਿਆ ਮੈਂ ਕਿਹਾ ਭਾਜੀ ਅਸੀਂ ਇੰਡੀਆ ਟੀਮ ਚ ਖੇਡ ਲੈਨੇ ਅਸੀਂ ਉਹ ਮਾਰਚ ਪਾਸ ਵੀ ਕੀਤਾ ਦੋਨੇ ਭਰਾ ਹੀ ਵਿੱਚ ਸੀ। ਫੇਰ ਕਈ ਜਣ ਨਹੀਂ ਉਧਰ ਹੀ ਖੇਡੂਗਾ ਉਧਰ ਹੀ ਖੇਡੂ ਮੈਂ ਕਿਹਾ ਭਾਜੀ ਇਦਾਂ ਕਰ ਲਓ ਫਿਰ ਮੈਂ ਨਹੀਂ ਖੇਡਦਾ ਅਸੀਂ ਦੋਨੇ ਭਰਾ ਇੱਕ ਦੂਜੇ ਦੇ ਉਲਟ ਨਹੀਂ ਖੇਡ ਸਕਦੇ ਫੇਰ ਇੱਕ ਪਲੇਅਰ ਖੇਡ ਲੈਣਾ ਇੱਕ ਜਦੋਂ ਹੁਣ ਜੇ ਸਾਡਾ ਆਪਸ ਵਿੱਚ ਵੀ ਮੈਚ ਲੱਗਦਾ ਫੇਰ ਕਿਹੜਾ ਸੀ ਇੱਕ ਦੂਜੇ ਦੇ ਉਲਟ ਖੇਡਣਾ ਸੀ। ਮੈਂ ਕਿਹਾ ਫੇਰ ਇੱਕ ਜਣਾ ਨਹੀਂ ਖੇਡਦਾ ਉਹ ਕਹਿੰਦੇ ਨਹੀਂ ਅਸੀਂ ਇਦਾਂ ਜਿਹਦਾ ਸਾਡੀ ਕੋਈ ਗੱਲ ਨਹੀਂ ਕਿਸੇ ਨੂੰ ਸੁਣੀ ਅੱਗੋਂ ਸਾਨੂੰ ਗਲਤ ਹੀ ਜਿੱਦਾਂ ਬੋਲਦੇ ਰਹੇ। ਫਿਰ ਪਹਿਲਾਂ ਕਈ ਕਹਿੰਦੇ ਅਸੀਂ ਜਹਾਦੇ ਨੂੰ ਨਹੀਂ ਖਿਡਾਉਣਾ ਟੋਰਾਂਟੋ ਟੀਮ ਵਿੱਚ ਜੋ ਮੈਨੂੰ ਦੱਸਿਆ ਜਿਹੜੇ ਉੱਥੇ ਨਮੈਦੇ ਸੀਗੇ ਹੁਣ ਦੱਸਿਆ ਉਹ ਕਹਿੰਦੇ ਅਸੀਂ ਜਹਾਦੇ ਨੂੰ ਟੋਰਾਂਟੋ 'ਚ ਨਹੀਂ ਖਿਡਾਉਣਾ ਜੇ ਮਤਲਬ ਇੰਨੇ ਸਿਆਣੇ ਹੁੰਦੇ ਉੱਥੇ ਕਹਿੰਦੇ ਯਾਰ ਦੋਨੇ ਭਰਾ ਟੋਰਾਂਟੋ ਖੇਡ ਲੈਂਦੇ ਕੋਈ ਮੇਰੇ ਤੇ ਕਿਸੇ ਦੀ ਕੋਈ ਪਾਬੰਦੀ ਨਹੀਂ ਮੇਤੋਂ ਆਪਣਾ ਵੀਜ਼ਾ ਸੀ ਉਦੋਂ ਸਿਆਣਪ ਇਹੋ ਜੀ ਕਹਿੰਦੇ ਯਾਰ ਅਸੀਂ ਦੋਨੇ ਟੋਰਾਂਟੋ 'ਚ ਖੇਡੋ ਕੋਈ ਪ੍ਰੋਬਲਮ ਕਹਿੰਦੇ ਅਸੀਂ ਜਹਾਦੇ ਨੂੰ ਖਿਡਾਉਣਾ ਨਹੀਂ ਤੇ ਜੋ ਉਹਦਾ ਟੋਰਾਂਟੋ ਖੇਡੂ ਜਹਾਦਾ ਜਿਹੜੀ ਮਰਜ਼ੀ ਟੀਮ 'ਚ ਖੇਡੇ। ਸੋ ਕਾਫੀ ਮਿਸਅੰਡਰਸਟੈਂਡਿੰਗ ਹੋਈਆਂ ਹੋਪਫੁਲੀ ਅਸੀਂ ਚਾਹੁੰਦੇ ਕਿਉਂਕਿ ਕਬੱਡੀ ਆ ਸਾਰੇ ਜਿਹੜੇ ਕਰਵਾਉਣ ਵਾਲੇ ਵੀ ਆਪਣੇ ਆ ਖੇਡਣ ਵਾਲੇ ਵੀ ਆਪਣੇ ਆ ਦੂਰ ਹੋ ਜਾਣਗੀਆਂ। ਪਰ ਜਿਵੇਂ ਹੁਣ ਕਮੈਂਟਰੀ 'ਚ ਗੱਲ ਹੋ ਰਹੀ ਆ ਵੀ ਜਹਾਦਾ ਪਿਛਲੇ 5 ਮਹੀਨਿਆਂ 'ਚ ਤਕਰੀਬਨ 5 ਕੰਟਰੀਆਂ 'ਚ ਖੇਡ ਰਿਹਾ ਜਹਾਦੇ ਕਿੰਨਾ ਕੁ ਮਾਣ ਹੁੰਦਾ ਆਪਦੇ ਆਪ ਤੇ। ਹਾਂਜੀ ਬਹੁਤ ਖੁਸ਼ੀ ਹੁੰਦੀ ਆ ਅਸੀਂ ਆਪਣੇ ਦਰਸ਼ਕਾਂ ਲਈ ਆਉਂਦੇ ਆ ਉਹ ਸਾਨੂੰ ਪਿਆਰ ਕਰਦੇ ਆ ਉਹਨਾਂ ਕਰਕੇ ਜਿੱਥੇ ਸੱਦਦੇ ਆ ਖੜਦੇ। ਪਰ ਉਹ ਜਿਹੜੇ ਸਾਡੇ ਭਰਾ ਸੀ ਸਾਡੇ ਪ੍ਰਮੋਟਰ ਸੀ ਪਿਛਲੇ 10-12 ਸਾਲ ਤੋਂ ਅਸੀਂ ਉਹਨਾਂ ਲਈ ਖੇਡ ਰਹੇ ਹਾਂ ਉਹਨਾਂ ਲਈ ਖੜੇ ਹਾਂ ਕਦੀ ਉਹਨਾਂ ਨੂੰ ਪੈਸੇ ਦੀ ਕਦੀ ਮੰਗ ਨਹੀਂ ਕੀਤੀ ਕਦੀ ਪੁੱਛਿਆ ਨਹੀਂ ਭਾਜੀ ਕਿੰਨੇ ਪੈਸੇ ਦੇਣੇ ਜਾਂ ਕਿੰਨੇ ਸਾਨੂੰ ਨਹੀਂ ਦੇਣੇ ਜੋ ਕਹਿਤਾ ਜਿਹੜੀ ਟੀਮ 'ਚ ਕਹਿਤਾ ਉੱਧਰ ਹੀ ਖੜੇ ਹਾਂ। ਤੁਸੀਂ ਦੱਸ ਦਿਓ ਜਦੋਂ ਅਸੀਂ ਕਬੱਡੀ ਮੈਂ 2008 ਤੋਂ ਆ ਰਿਹਾ ਵਾਂ ਖੇਡ ਰਿਹਾ ਅਕੈਡਮੀਆਂ 'ਚ 2010 ਤੋਂ ਮੈਂ ਆ ਰਿਹਾ ਬਾਹਰ ਮੈਨੂੰ ਦੱਸ ਦੇਣਾ ਵੀ ਮੈਂ ਕਦੀ ਇਹਨਾਂ ਤੋਂ ਪੁੱਛਿਆ ਬਿਨਾਂ ਕਦੀ ਕਿਸੇ ਟੀਮ 'ਚ ਖੇਡਿਆ ਜਿੱਥੇ ਜਿੱਦਾਂ ਮੈਂ ਅੱਗੇ ਵੀ ਇੱਕ ਦਿਨ ਤੁਹਾਨੂੰ ਇੰਟਰਵਿਊ ਦੱਸਿਆ ਸੀ ਹਰੇਕ ਕੌਂਟਰੀ 'ਚ ਹਰੇਕ ਤੁਹਾਨੂੰ ਪ੍ਰਮੋਟਰਾਂ ਵਾਸਤੇ ਪੱਕੇ ਇਹਨਾਂ ਨਾਲ ਜੁੜੇ ਆ ਪੱਕੇ ਉਹਨਾਂ ਨਾਲ ਜੁੜੇ ਉਹ ਕਹਿ ਦੇਣ ਸਾਨੂੰ ਛੱਡ ਦੇਣਾ ਅਸੀਂ ਹੋਰ ਟੀਮ ਖੇਡ ਲਾਂਗੇ ਨਹੀਂ ਤੁਸੀਂ ਉੱਦਾਂ ਖੇਡ ਦੇ ਦਿਲ ਨੂੰ ਸੱਟ ਲੱਗੀ ਜਾਂਦੀ ਇਹ ਚੀਜ਼ ਤੋਂ ਹਨਾ ਬਾਰੇ ਜਦੋਂ ਆਪਾਂ ਕਿਸੇ ਲਈ ਖੜੇ ਹੋਈਏ ਕਿਸੇ ਨੂੰ ਆਪਣੇ ਮਾਂ ਪਿਓ ਵਾਂਗੂ ਸਮਝਦੇ ਹੋਈਏ ਉਹ ਬੰਦੇ ਸਾਡੇ ਨਾਲ ਸਾਜ਼ਿਸ਼ਾਂ ਕਰਨ ਸਾਨੂੰ ਭਰਾਵਾਂ ਭਰਾਵਾਂ ਨੂੰ ਵੱਖਰੇ ਕਰਨ ਕਿੱਦਾਂ ਲੱਗੂਗਾ ਤੁਸੀਂ ਦੱਸੋ। ਕਿਉਂਕਿ ਅਸੀਂ ਹੋਪਫੁਲੀ ਜਿਹੜੇ ਖੇਡ ਪ੍ਰਮੋਟਰ ਵੀ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਕਿਉਂਕਿ ਖਿਡਾਰੀ ਵੀ ਲੰਮਾ ਸਮਾਂ